ਸਰ ਮੇਰਾ ਨਾਮ ਜਗਜੋਤ ਸਿੰਘ ਰੂਬਲ ਜਗਜੋਤ ਜੀ ਕੀ ਬਣਾਇਆ ਤੁਸੀਂ ਅੱਜ ਪਰੇਡ ਵਿੱਚ ਜਾ ਸਰ ਯੂਐਸ ਦੇ ਪ੍ਰੈਜ਼ੀਡੈਂਟ ਮਿਸਟਰ ਜੋਏ ਬਾਈਡਨ ਅੱਜ ਅਮਰੀਕਾ ਦੇ ਰਾਸ਼ਟਰਪਤੀ ਬਣੇ ਆ ਅਤੇ ਮੈਂ ਪੂਰਾ ਇਤਿਹਾਸ ਬਣਾਇਆ ਵਾ 230 ਸਾਲ ਪੁਰਾਣਾ ਇਤਿਹਾਸ ਬਣਾਇਆ ਫਸਟ ਪ੍ਰੈਜ਼ੀਡੈਂਟ ਜਿਹੜੇ 1789 ਦੇ ਵਿੱਚ ਉਹਨਾਂ ਦੀ ਇਲੈਕਸ਼ਨ ਹੋਈ ਜੋਰਜ ਵਾਸ਼ਿੰਗਟਨ ਜਿਹੜੇ ਫਸਟ ਅਮੈਰੀਕਨ ਦੇ ਪ੍ਰੈਜ਼ੀਡੈਂਟ ਬਣੇ ਉੱਥੋਂ ਲੈ ਕੇ 2020 ਤੱਕ ਜੋਏ ਬਾਈਡਨ ਜਿਨ੍ਹਾਂ ਦਾ ਰਾਤ ਨੂੰ ਮਤਲਬ ਰਿਜ਼ਲਟ ਆਇਆ ਕਿ ਉਹ ਅਮੈਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਚੁੱਕੇ ਅਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਆਪਣੀ ਤਰਫ ਸੇ ਪੇਂਟਿੰਗ ਦੇ ਤੌਰ 'ਤੇ ਵਧਾਈ ਦਿੰਦਾ ਪੂਰੇ ਇੰਡੀਆ ਦੇ ਤੌਰ 'ਤੇ ਵਧਾਈ ਦਿੰਦਾ ਕਿ ਉਹ ਜਿਹੜੇ ਇੰਡੀਆ ਦੇ ਅਤੇ ਯੂਐਸ ਦੇ ਜਿਹੜੇ ਰਿਲੇਸ਼ਨਸ ਹੈਗੇ ਆ ਦੋਨੋਂ ਦੇਸ਼ਾਂ ਲਈ ਬਹੁਤ ਬਹੁਤ ਲਾਭਦਾਇਕ ਹਨ। ਸਰ ਮੈਂ ਤਾਂ ਇਹਨੂੰ ਯੂਐਸ ਦੀ ਆਰਟ ਗੈਲਰੀਜ਼ ਦੇ ਵਿੱਚ ਪੇਂਟਿੰਗ ਨੂੰ ਡਿਸਪਲੇ ਕਰਨਾ ਚਾਹੁੰਦਾ ਵਾਂ ਕਿ ਇਹਦੀ ਜਿਹੜੀ ਅਸਲੀ ਮੰਜ਼ਿਲ ਹੈਗੀ ਆ ਉਹ ਯੂਐਸਏ ਦੀ ਆਰਟ ਗੈਲਰੀਜ਼ ਦੇ ਵਿੱਚ ਹੈਗੀ ਆ ਵਾਈਟ ਹਾਊਸ ਦੇ ਵਿੱਚ ਇਹਨੂੰ ਡਿਸਪਲੇ ਕਰਨਾ ਚਾਹੁੰਦਾ ਅਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 4 ਮਹੀਨੇ ਦਾ ਸਮੇਂ ਲੱਗਾ ਇਹ ਅਤੇ ਇਹਦਾ ਸਾਈਜ਼ ਹੈਗਾ 8 ਫੀਟ ਬਾਏ 8 ਫੀਟ। ਕਿੰਨੇ ਰਾਸ਼ਟਰਪਤੀ ਸਰ 46 ਰਾਸ਼ਟਰਪਤੀ ਆ ਟਰੰਪ ਤੱਕ 45 ਸੀ ਅਤੇ ਜੋਏ ਬਾਈਡਨ ਦਾ ਜਿਹੜਾ ਕੱਲ੍ਹ ਰਾਤ ਨੂੰ ਫੈਸਲਾ ਆਇਆ ਅਤੇ 46 ਰਾਸ਼ਟਰਪਤੀ ਨੂੰ ਮੈਂ ਪੂਰਾ ਹਿਸਟਰੀ ਨੂੰ ਕਵਰ ਕੀਤਾ ਅਤੇ ਇਸ ਤੋਂ ਪਹਿਲਾਂ ਵੀ ਮੈਂ ਬੋਲੀਵੁੱਡ ਦੇ ਸਟਾਰਾਂ ਦੀ ਪੇਂਟਿੰਗ ਬਣਾ ਚੁੱਕਿਆ ਹਾਂ ਉਹਦੇ ਵਿੱਚ ਮੈਂ ਬੋਲੀਵੁੱਡ ਦੇ 100 ਕਲਾਕਾਰਾਂ ਦੀ ਪੇਂਟਿੰਗ ਬਣਾਈ ਅਤੇ ਮੈਂ ਇੰਟਰਨੈਸ਼ਨਲ ਲੈਵਲਸ 'ਤੇ ਪਹਿਲਾਂ ਵੀ ਕਾਫੀ ਕੰਮ ਕਰ ਚੁੱਕਿਆ ਹਾਂ ਅਤੇ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਅਮੈਰੀਕਾ ਦੇ ਸਾਰੇ ਰਾਸ਼ਟਰਪਤੀ ਇੱਕ ਕੈਨਵਸ 'ਤੇ ਪੂਰੀ ਹਿਸਟਰੀ ਉਤਾਰਾਂ ਕੈਨਵਸ 'ਤੇ। ਹੋਰ ਵੀ ਕਾਫੀ ਸੀ ਪੇਂਟਿੰਗ ਬਣਾਈਆਂ ਬਾਕੀ ਦੀ ਪੇਂਟਿੰਗਾਂ ਉੱਥੇ ਗਿਫਟ ਦੇ ਦਿੰਦੀ ਆਪ ਜਾ ਕੇ ਦੇਖਿਆ। ਹਾਂਜੀ ਸਰ ਬਾਈ ਐਂਡ ਮੈਂ ਕਾਫੀ ਸੈਲੀਬ੍ਰਿਟੀਜ਼ ਨੂੰ ਪੇਂਟਿੰਗਸ ਗਿਫਟ ਕੀਤੀਆਂ ਵਾ ਨਰਿੰਦਰ ਮੋਦੀ ਜੀ ਦਾ ਵੀ ਮੈਨੂੰ ਐਪਰੀਸ਼ੀਏਸ਼ਨ ਲੈਟਰ ਮਿਲਿਆ ਹੈ ਇੰਡੀਅਨ ਟੂ ਪ੍ਰੈਜ਼ੀਡੈਂਟ ਦੇ ਵੀ ਮੈਨੂੰ ਐਪਰੀਸ਼ੀਏਸ਼ਨ ਪ੍ਰਸ਼ੰਸਾ ਪੱਤਰ ਮਿਲ ਚੁੱਕੇ ਨੇ ਅਤੇ 10 ਮੇਰੇ ਵਰਲਡ ਰਿਕੋਰਡਸ ਦੇ ਵਿੱਚ ਮੇਰਾ ਨਾਮ ਆ ਚੁੱਕਿਆ ਵਾ ਅਤੇ ਇਹ ਵੀ ਮੈਂ ਵਰਲਡ ਬੁੱਕਸ ਦੇ ਵਿੱਚ ਇਹਦਾ ਨਾਮ ਦਰਜ ਕਰਵਾਊਂਗਾ ਲਿਮਕਾ ਬੁੱਕ ਗਿਨਿਸ ਬੁੱਕ ਦੇ ਵਿੱਚ ਮੈਂ ਅਪਲਾਈ ਕਰਾਂਗਾ ਜ਼ਰੂਰ। ਕਿੰਨੀਆਂ ਟੋਟਲ ਪੇਂਟਿੰਗਾਂ ਦੀ ਹੁਣ ਤੱਕ ਬਣਾ ਦਿੱਤੀ? ਸਰ ਮੈਂ 1000 ਤੋਂ ਉੱਪਰ ਹੀ ਪੇਂਟਿੰਗਸ ਬਣਾ ਚੁੱਕਿਆ 1500 ਦੇ ਵਿੱਚ ਮੈਂ ਪੇਂਟਿੰਗਸ ਬਣਾ ਚੁੱਕਿਆ ਹਾਂ 2007 ਤੋਂ ਮੈਂ ਰੈਗੂਲਰ ਪੇਂਟਿੰਗਸ ਬਣਾ ਰਿਹਾ ਅਭਿਸ਼ੇਕ ਬੱਚਨ ਐਸ਼ਵਰਿਆ ਰਾਏ ਜੀ ਦੀ ਜਦੋਂ ਵੈਡਿੰਗ ਹੋਈ ਉਹ ਮੌਕੇ 'ਤੇ ਮੈਂ ਪਹਿਲੀ ਪੇਂਟਿੰਗ ਬਣਾਈ ਤੋ ਕਾਫੀ ਸਟਾਰਾਂ ਨੂੰ ਮੈਂ ਪਰਸਨਲੀ ਬਾਈ ਹੈਂਡ ਪੇਂਟਿੰਗ ਗਿਫਟ ਕਰ ਚੁੱਕਿਆ ਹਾਂ ਕਾਫੀ ਐਗਜੀਬਿਸ਼ਨਸ ਲਗਾ ਚੁੱਕਿਆ ਹਾਂ ਅਤੇ ਅੱਗੋਂ ਵੀ ਮੈਂ ਇੱਦਾਂ ਹੀ ਕੁਛ ਕੋਈ ਪਲੈਨ ਕਰਾਂਗਾ ਅਮੈਰੀਕਾ ਦੇ ਕਲਚਰ 'ਤੇ ਕੁਛ ਪੇਂਟਿੰਗਸ ਬਣਾ ਕੇ ਅਤੇ ਮੈਂ ਅਮੈਰੀਕਾ ਦੀ ਆਰਟ ਗੈਲਰੀਜ਼ ਦੇ ਵਿੱਚ ਇਹ ਸਾਰੀਆਂ ਪੇਂਟਿੰਗਸ ਡਿਸਪਲੇ ਕਰਾਂਗਾ।